ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਹੈ ਜੀ ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ ਲਿੰਕ ਨੂੰ ਕਰ ਦਿਓ ਜੀ ਸ਼ੇਅਰ ਤਾਂ ਕਿ ਜਲਦੀ ਸਾਰੇ ਜੁਆਇਨ ਕਰ ਸਕਣ ਫਟਾਫਟ ਪਹੁੰਚੋ ਜੀ ਸਾਰੇ ਹਾਂ ਜੀ ਕਨਫਰਮੇਸ਼ਨ ਦਿਓ ਕਿ ਆਡੀਓ ਤੇ ਵੀਡੀਓ ਕੋਕੇ ਚੱਲ ਰਹੀ ਹੈ ਜਾਂ ਨਹੀਂ ਤੁਹਾਡੇ ਮੈਸੇਜ ਸ਼ੋ ਨਹੀਂ ਹੋ ਰਹੇ ਹਾਂ ਜੀ ਕਰੋ ਜੀ ਕਨਫਰਮੇਸ਼ਨ ਦਿਓ ਕਨਫਰਮੇਸ਼ਨ ਕਿ ਸਹੀ ਚੱਲ ਰਿਹਾ ਸਭ ਕੁਝ ਜਾਂ ਨਹੀਂ ਕਲਾਸ ਨੰਬਰ 17 ਹੈ ਜੀ ਤੇ ਵਿਸ਼ਾ ਆਪਣਾ ਪ੍ਰੀਤਮ ਸਿੰਘ ਸਫੀਰ ਨਮਸਕਾਰ ਸਤਿ ਸ਼੍ਰੀ ਅਕਾਲ ਗੁੱਡ ਇਵਨਿੰਗ ਸਭ ਨੂੰ ਆਰਾਮ ਰਾਮ ਜੀ ਹਾਂਜੀ ਜਿਹੜੇ ਵੀ ਨਵੇਂ ਵੀਟਰ ਨੇ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਇਸ ਤੋਂ ਇਲਾਵਾ ਜਿਨ੍ਹਾਂ ਨੇ ਵੀ ਆਪਣਾ ਟੈਲੀਗ੍ਰam ਚੈਨਲ ਜੁਆਇਨ ਨਹੀਂ ਕਰਿਆ ਹੋਇਆ @ਪੰਜਾਬੀਤਿਆਰੀ ਜਰੂਰ ਜੁਆਇਨ ਕਰਨ ਠੀਕ ਹੈ ਜੀ ਟੈਲੀਗ੍ਰam ਗਰੁੱਪ ਸਰਚ ਕਰੋ ਟੈਲੀਗ੍ਰਾਮ ਤੇ ਜਾ ਕੇ @ਪੰਜਾਬੀਤਿਆਰੀ ਤੇ ਜੁਆਇਨ ਕਰੋ ਜੀ ਇਸ ਨੂੰ ਓਕੇ ਹੈ ਜੀ ਹਾਂਜੀ ਜੇਕਰ ਓਕੇ ਤਾਂ ਫਿਰ ਸ਼ੁਰੂ ਕਰਦੇ ਆ ਜੀ ਦੀ ਕਲਾਸ ਤੇ ਵੱਧ ਜੀ ਕੁਐਸਚਨ ਨੰਬਰ 1 ਦੇ ਵੱਲ ਬਿਨਾਂ ਟਾਈਮ ਵੇਸਟ ਕੀਤੇ ਸਤਿ ਸ਼੍ਰੀ ਅਕਾਲ ਗੁੱਡ ਇਵਨਿੰਗ ਜੀ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਜੀ ਪ੍ਰੀਤਮ ਸਿੰਘ ਸਫੀਰ ਦਾ ਜਨਮ ਕਦੋਂ ਹੋਇਆ ਆਪਸ਼ਨ A ਹੈ ਜੀ 10 April 1911 B 10 April C 10 ਅਪ੍ਰੈਲ 1914 ਤੇ ਡੀ ਹੈ ਜੀ 10 ਅਪ੍ਰੈਲ 1916 ਸਹੀ ਆਨਸਰ ਕੁਐਸਚਨ ਨੰਬਰ ਆਈ ਥਿੰਕ ਕੁਝ ਪ੍ਰੋਬਲਮ ਆ ਰਹੀ ਜੀ ਸ਼ਾਇਦ ਤੱਕ ਜਾਂ ਤਾਂ ਮੋਬਾਈਲ ਦੀ ਜਾਂ ਫਿਰ ਨੈਟਵਰਕ ਦੀ ਹਾਂਜੀ ਬਲੈਕ ਸਕਰੀਨ ਦਿਖ ਰਹੀ ਹੈ ਕਿ ਸਭ ਨੂੰ ਮੇਰੇ ਕੋਲ ਬਲੈਕ ਸਕਰੀਨ ਸ਼ੋ ਹੋ ਰਹੀ ਹੈ ਹਾਂਜੀ ਵੇਟ ਕਰੋ ਜੀ ਥੋੜਾ ਜਿਹਾ ਹਾਂਜੀ ਹੁਣ ਓਕੇ ਜੀ ਡੀ ਆਪਸ਼ਨ ਆ ਰਿਹਾ ਜੀ 10 ਅਪ੍ਰੈਲ 1916 ਕੁਛ ਇਸ਼ੂ ਆ ਰਹੀ ਜੀ ਪ੍ਰੋਪਰ ਵਰਕ ਨਹੀਂ ਕਰ ਰਿਹਾ ਸਭ ਕੁਝ ਜੀ ਹੁਣ ਠੀਕ ਹੈ ਜੀ ਓਕੇ ਜੀ ਓਕੇ ਬਲੈਕ ਕੁਐਸਚਨ ਤਾਂ ਦੇਖ ਨਹੀਂ ਰਹੇ ਜੀ ਦੇਖੋ ਹੁਣ ਕਨਫਰਮੇਸ਼ਨ ਦਿਓ ਕਿ ਹੁਣ ਦਿਖ ਰਿਹਾ ਹੈ ਕੁਐਸਚਨ ਕਿ ਨਹੀਂ ਕਿ ਅਡੀ ਆਪਸ਼ਨ ਆਪਣਾ கரੈਕਟ ਹੋਵੇਗਾ ਜੀ ਕੁਐਸਚਨ ਨੰਬਰ 2 ਦੇ ਬਾਰੇ ਗੱਦਿਆਂ ਜੀ ਕੁਐਸਚਨ ਨੰਬਰ 2 ਦੋ ਨੰਬਰ ਕੁਐਸਚਨ ਹੈ ਜੀ ਪ੍ਰੀਤਮ ਸਿੰਘ ਸਫੀਰ ਦਾ ਜਨਮ ਕਿੱਥੇ ਹੋਇਆ ਆਪਸ਼ਨ ਹੈ A ਨੇਸ਼ਟਾ ਅੰਮ੍ਰਿਤਸਰ B ਮਲਕਪੁਰ ਰਾਵਲਪਿੰਡੀ C ਕਾਨੇ ਕੇ ਸੰਗਰੂਰ D ਤਲਵੰਡੀ ਸਲੇਮ ਦੋ ਨੰਬਰ ਲਈ ਕਰੈਕਟ ਆਨਸਰ ਕਰੋ ਜੀ ਪ੍ਰੀਤਮ ਸਿੰਘ ਸਫੀਰ ਦਾ ਜਨਮ ਕਿੱਥੇ ਹੋਇਆ ਜੀ B ਆਪਸ਼ਨ ਮਲਕਪੁਰ ਆ ਰਿਹਾ ਜੀ ਸਭ ਦਾ ਆਨਸਰ ਮਲਕਪੁਰ ਰਾਵਲਪਿੰਡੀ ਠੀਕ ਹੈ ਜੀ ਪ੍ਰੀਤਮ ਸਿੰਘ ਸਫੀਰ ਦਾ ਜਨਮ ਹੋਇਆ ਮਲਕਪੁਰ ਰਾਵਲਪਿੰਡੀ ਕੇ ਕੁਐਸਚਨ ਨੰਬਰ 3 1 ਨੰਬਰ ਜੀ ਪ੍ਰੀਤਮ ਸਿੰਘ ਸਫੀਰ ਨੂੰ ਸਾਹਿਤ ਅਕਾਦਮੀ ਅਵਾਰਡ ਕਿਸ ਰਚਨਾ ਲਈ ਮਿਲਿਆ অপਸ਼ਨ A ਰਾਗ ਰਿਸ਼ਮਾ B రక్త ਬੂੰਦਾਂ C ਅਨੇਕ ਵਿਸਤਾਰ ਤੇ D ਸਰਬ ਨਿਰੰਤਰ ਚੁਣੋ ਜੀ ਸਹੀ অপਸ਼ਨ ਕਿਸ ਰਚਨਾ ਦੇ ਲਈ ਮਿਲਿਆ ਜੀ ਸਾਹਿਤ ਅਕਾਦਮੀ ਅਵਾਰਡ ਅਨੇਕ ਵਿਸਤਾਰ C অপਸ਼ਨਸ ਆਫ ਦਾ ਆਰਿਆ 1980 ਸੀ ਵੀ ਆਨਸਰ ਕਰ ਚੁੱਕੇ ਹੈ ਜੀ ਕਈ ਨੇ ਸੋ 3 ਨੰਬਰ ਦੇ ਲਈ ਜਿਨ੍ਹਾਂ ਨੇ ਵੀ ਚੁਣਿਆ ਸੀ অপਸ਼ਨ ਠੀਕ ਹੈ ਜੀ ਕੁਐਸਚਨ ਨੰਬਰ 4 ਦੇ ਵੱਲ ਵਧਦੇ ਹਾਂ 4 ਨੰਬਰ ਹੈ ਆਪਣੇ ਕੋਲ ਪ੍ਰੀਤਮ ਸਿੰਘ ਸਫੀਰ ਨੂੰ ਸਾਇਦ ਕਾਦਮੀ ਅਵਾਰਡ ਕਦੋਂ ਮਿਲਿਆ ਆਲਰੇਡੀ ਆਨਸਰ ਪਹਿਲਾਂ ਹੀ ਆ ਚੁੱਕਾ ਹੈ ਕਰੋ ਜੀ ਆਨਸਰ ਕੁਐਸਚਨ ਨੰਬਰ 4 ਦੇ ਲਈ ਆਪਸ਼ਨ ਹੈ ਜੀ 1980 1981 1982 ਸੋ ਪਿੱਛੇ ਜੇ ਆਲਰੇਡੀ ਆਨਸਰ ਕੀਤਾ ਗਿਆ 1983 ਠੀਕ ਹੈ ਜੀ ਜਿਹੜੇ ਵੀ ਡੀ ਆਪਸ਼ਨ ਦੇ ਨਾਲ ਜਾ ਰਹੇ ਆ ਕੁਐਸਚਨ ਨੰਬਰ 5 5 ਨੰਬਰ ਹੈ ਜੀ ਸਫੀਰ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਆਪਸ਼ਨ A ਹਰਪ੍ਰੀਤ ਸਿੰਘ B ਆਪਸ਼ਨ A ਹਰਪ੍ਰੀਤ ਸਿੰਘ ਗੁਰਪ੍ਰੀਤਨ ਕੌਰ B ਹੈ ਜੀ ਸੌਨ ਸਿੰਘ ਸ਼ੇਵਕੌਰ ਸੀ ਮਹਿਤਾਬ ਸਿੰਘ ਤੇਜਵੰਤ ਕੌਰ ਡੀ ਸੁੰਦਰ ਸਿੰਘ ਤੇ ਇੰਦਰ ਕੌਰ ਸਫੀਰ ਦੇ ਮਾਤਾ ਪਿਤਾ ਜੀ ਦਾ ਕਰੋ ਜੀ கரெਕਟ ਆਨਸਰ ਹਾਂਜੀ ਕੁਐਸਚਨ ਨੰਬਰ 5 ਦੇ ਲਈ ਚਾਰ ਲੀਡੀ ਆਪਸ਼ਨਸ ਆਫ ਦਾ ਕਰੈਕਟ ਹੈ ਜੀ ਚਾਰ ਨੰਬਰ ਦੇ ਲਈ ਆਪਸ਼ਨ ਡੀ ਸਬਦਾ ਕਰੈਕਟ ਹੈ ਜੀ ਕੁਐਸਚਨ ਨੰਬਰ 5 ਲਈ ਚੁਣੋ ਜੀ ਸਹੀ ਆਪਸ਼ਨ ਮਹਿਤਾਬ ਸਿੰਘ ਤੇਜਵੰਤ ਕੌਰ ਸਬਦਾ ਹੈ ਆਨਸਰ ਆ ਰਿਹਾ ਲੱਗ ਪਗੋ ਠੀਕ ਹੈ ਜੀ ਜਿਹੜੇ ਵੀ ਸੀ ਆਪਸ਼ਨ ਤੇ ਜਵੰਤ ਕੋਰ ਕੁਐਸਚਨ ਨੰਬਰ 6 6 ਨੰਬਰ ਹੈ ਜੀ ਸਫੀਰ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਆਪਸ਼ਨ ਏ ਕਤਕੁੰਜ ਬੀ ਰਾਗ ਰਿਸ਼ਮਾ ਸੀ ਰક્ત ਬੂੰਦ ਡੀ ਅਨੇਕ ਵਿਸਤਾਰ ਚੁਣੋ ਜੀ ਸਹੀ ਆਪਸ਼ਨ ਪ੍ਰਸ਼ਨ ਨੰਬਰ 6 ਦੇ ਲਈ 5 ਦਾ ਸੀ ਸਬਦਾ ਕਰੈਕਟ ਹੈ ਜੀ ਪ੍ਰਸ਼ਨ ਨੰਬਰ 6 ਪਹਿਲਾ ਕਾਵ ਸੰਗ੍ਰਹਿ ਪ੍ਰੀਤਮ ਸਿੰਘ ਸਫੀਰ ਏ ਆਪਸ਼ਨ ਤੇ ਮੇਰੇ ਕੋਲ ਨੈਟਵਰਕ ਇਸ਼ੂ ਹੈ ਜਨੇ ਠੀਕ ਠਾਕ ਹੈ ਜੀ ਨੈਟਵਰਕ ਸਹੀ ਚੱਲ ਰਿਹਾ ਜੀ ਅਤੇ 1941 ਕਤਕੁੰਜ ਆਨਸਰ ਆ ਰਿਹਾ ਇਹ ਆਪਸ਼ਨ ਠੀਕ ਹੈ ਜੀ ਕੁਐਸਚਨ ਨੰਬਰ 7 7 ਨੰਬਰ ਹੈ ਜੀ ਆਪਾਂ ਕੋਲ ਸਫੀਰ ਦੇ ਪਿਤਾ ਕਿਸ ਸਕੂਲ ਵਿੱਚ ਹੈਡਮਾਸਟਰ ਸਨ ਆਪਸ਼ਨ A ਗੁਰੂ ਨਾਨਕ ਹਾਈ ਸਕੂਲ ਤਰਨਤਾਰਨ B ਖਾਲਸਾ ਹਾਈ ਸਕੂਲ ਤਰਨਤਾਰਨ C ਗੁਰੂ ਗੋਬਿੰਦ ਹਾਈ ਸਕੂਲ ਤਰਨਤਾਰਨ D ਅਕਾਲ ਸਿੰਘ ਹਾਈ ਸਕੂਲ ਤਰਨਤਾਰਨ ਕਰੈਕਟ ਆਨਸਰ 7 ਨੰਬਰ ਲਈ ਕਰੋ ਜੀ ਪ੍ਰੀਤਮ ਸਿੰਘ ਸਫੀਰ ਦੇ ਪਿਤਾ ਜੀ ਕਿਹੜੇ ਸਕੂਲ ਚ ਹੈਡਮਾਸਟਰ ਸਨ ਹਾਂਜੀ ਸੱਤ ਨੰਬਰ ਲਈ ਜੀ 6 ਦੇ ਲਈ ਏ ਆਪਸ਼ਨ ਸਬ ਦਾ ਕਰੈਕਟ ਹੈ ਜੀ ਚੱਕਰ ਕੋ ਮਨ ਲੱਗ ਜਾਂਦਾ ਜੀ ਲੋ ਕੁਆਲਿਟੀ ਤੇ ਚਲਾਓ ਜੀ ਤੇ ਫਲਾਈਟ ਮੋਡ ਤੇ ਲਗਾ ਕੇ ਹਟਾ ਲਓ ਸਹੀ ਚੱਲ ਜਾਵੇਗਾ ਜਿਨ੍ਹਾਂ ਨੂੰ ਨੈਟਵਰਕ ਦੀ ਸਮੱਸਿਆ ਆ ਰਹੀ ਹੈ ਬੀ ਆਪਸ਼ਨ ਕਾਲਸ ਆ ਹਾਈ ਸਕੂਲ ਤਰਨ ਤਰਨ ਲਗਭਗ ਸਬ ਦਾ ਹੀ ਆਨਸਰ ਠੀਕ ਹੈ ਜੀ ਜਿਹੜੇ ਵੀ ਆਪਸ਼ਨ ਬੀ ਦੇ ਨਾਲ ਜਾ ਰਹੇ ਆ ਹਾਂਜੀ ਕਵੈਸਚਨ ਨੰਬਰ 8 8 ਨੰਬਰ ਹੈ ਜੀ ਦੀ ਪਦਵੀ ਤੇ ਰਹੇ ਆਪਸ਼ਨ ਹੈ ਮੁੱਖ ਮੰਤਰੀ B ਪ੍ਰਧਾਨ ਮੰਤਰੀ C ਜੱਜ D ਰਾਜਪਾਲ ਚੁਣੋ ਜੀ 8 ਨੰਬਰ ਪ੍ਰਸ਼ਨ ਦੇ ਲਈ ਸਹੀ ਉੱਤਰ ਕਿਸ ਪਦ ਤੇ ਕਿਸ ਪਦਵੀ ਤੇ ਰਹੇ ਪ੍ਰੀਤਮ ਸਿੰਘ ਸਫੀਰ ਦਿੱਤੇ ਹੋਏ ਆਪਸ਼ਨ ਦੇ ਵਿੱਚੋਂ ਚੁਣਿਆ ਜਾਵੇ C ਆਪਸ਼ਨ ਹਾਈ ਕੋਰਟ ਦੇ ਜੱਜ ਠੀਕ ਹੈ ਜੀ ਬਿਲਕੁਲ ਆਪਸ਼ਨ C ਕਵੈਸਚਨ ਨੰਬਰ 9 9 ਨੰਬਰ ਹੈ ਜੀ ਸਫੀਰ ਦੀਆਂ ਕਵਿਤਾਵਾਂ ਵਿੱਚ ਕਿਹੜਾ ਅੰਸ਼ ਪ੍ਰਦਾਨ ਹੈ অপਸ਼ਨ A ਭਾਵਨਾਤਮਕ B ਰੋਮਾਂਟਿਕ C ਦੇਸ਼ ਭਗਤੀ D ਬૌਧਿਕ ਸਹੀ ਉੱਤਰ ਕੁਐਸਚਨ ਨੰਬਰ 9 ਦੇ ਲਈ ਕਰੋ ਹਾਂਜੀ ਇਹ ਹੋ ਸਕਦੇ ਆ ਪਰ ਜਿਹੜਾ ਸਭ ਤੋਂ ਵਧੇਰੇ ਹੈ ਜੀ ਉਹੋ ਠੀਕ ਹੈ ਜੀ C অপਸ਼ਨ ਕਾਫੀ ਜਣਾਂ ਦਾ ਆਨਸਰ ਆ ਰਿਹਾ ਹੈ D ਅੱਛਾ ਅਠ ਲਈ ਸੀ ਅਠ ਲਈ ਸੀ ਸਭ ਦਾ ਕਰੈਕਟ 9 ਨੰਬਰ ਦੇ ਲਈ ਆ ਰਿਹਾ ਜੀ D ਤੇ C ਬਹੁਤ ਹੀ ਕਰਾ ਹਸਵਾਲ ਬਿਲਕੁਲ ਸਹੀ ਹੈ ਜੀ। ਇਹਨਾਂ ਕੁਐਸਚਨ ਨੰਬਰ 10 ਦੇ ਵੱਲ ਵੱਧਦੇ ਹਾਂ। 10 ਨੰਬਰ ਹੈ ਸਫੀਰ ਦੀ ਸੁਪੁੱਚੀ ਰਚਨਾਵਲੀ ਦਾ ਸੰਗ੍ਰਹਿ ਕਿਹੜਾ ਹੈ? ਆਪਸ਼ਨ A ਰਾਗ ਰਿਸ਼ਮਾ, B ਸਰਬਨਿਰੰਤਰ, C ਰક્ત ਬੂੰਦਾਂ, D ਆਨੇਕ ਵਿਸਤਾਰ। ਜਿਹੜਾ ਜੀ ਪ੍ਰਸ਼ਨ ਨੰਬਰ 10 ਦੇ ਲਈ ਸਹੀ ਆਪਸ਼ਨ ਸੁਮੁੱਚੀ ਰਚਨਾਵਲੀ B ਆਪਸ਼ਨ ਸਰਬਨਿਰੰਤਰ ਅਨਸਰ ਕੀਤਾ ਜਾ ਰਿਹਾ ਹੈ। 10 ਨੰਬਰ ਦੇ ਲਈ ਲਗਭਗ ਸਭ ਦਾ ਹੀ ਬੀ ਠੀਕ ਹੈ ਜੀ ਸਰਬਨਿਰੰਤਰ ਜੀ ਸਮੁੱਚੀ ਰਚਨਾਵਲੀ ਦਾ ਕਾਵ ਸੰਗ੍ਰਹਿ ਕੁਐਸਚਨ ਨੰਬਰ 11 ਹੈ ਜੀ ਸਫੀਰ ਦੀ ਕਿਹੜੀ ਕਵਿਤਾ ਨੂੰ ਅੰਤਰਰਾਸ਼ਟਰੀ ਕਵਿਤਾ ਕਿਹਾ ਜਾਂਦਾ ਹੈ অপਸ਼ਨ A ਨੀਲ B ਹਿਰੋਸ਼ਿਮਾ C ਨਾਗਸਾਕੀ D ਸਾਰੀਆਂ 11 ਨੰਬਰ ਲਈ ਚੁਣੋ ਜੀ ਸਹੀ অপਸ਼ਨ ਹਾਂ ਜੀ ਪ੍ਰਸ਼ਨ ਨੰਬਰ 11 ਦੇ ਲਈ ਫਟਾਫਟ ਕਰੋ ਜੀ ਸਹੀ অপਸ਼ਨ ਆਨਸਰ ਡੀ অপশন ਉਪਰukt ਸਾਰੀਆਂ ਹੀ ਕੀਤਾ ਜਾ ਰਿਹਾ ਸਭ ਦੇ ਵੱਲੋਂ ਠੀਕ ਹੈ ਜੀ ਸਾਰੀਆਂ ਹੀ ਅੰਤਰਰਾਸ਼ਟਰੀ ਕਵਿਤਾਵਾਂ ਜਾਂ ਅੰਤਰਰਾਸ਼ਟਰੀ ਵਿਸ਼ੇ ਦੇ ਨਾਲ ਸੰਬੰਧਿਤ ਨੇ ਕੁਐਸਚਨ ਨੰਬਰ 12 ਹੈ ਜੀ سفیر ਆਪਣੇ ਆਪ ਨੂੰ ਡੈਸ਼ ਵਿੱਚ ਵਿਚਰਨ ਵਾਲਾ ਸਮਝਦੇ ਹਨ অপਸ਼ਨ A ਸਮਝਦੇ ਹਨ ਜਾਂ ਕਹਿੰਦੇ ਹਨ ਠੀਕ ਹੈ ਜੀ অপਸ਼ਨ A ਤਿੰਨ ਦੇਸ਼ਾਂ ਵਿੱਚ B ਤਿੰਨ ਕਾਲਾਂ ਵਿੱਚ C ਤਿੰਨ ਲੋਕਾਂ ਵਿੱਚ D ਇਹਨਾਂ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 12 ਲਈ ਚੁਣੋ ਜੀ ਸਹੀ ਉੱਤਰ ਜਸਵਿੰਦਰ ਜੀ ਦਲਜੀਤ ਜੀ ਆਈ ਥਿੰਕ ਤੁਹਾਡੀ ਵੀਡੀਓ ਥੋੜਾ ਜਿਹਾ ਪਿੱਛੇ ਚੱਲ ਰਹੀ ਹੈ ਜੀ ਬਰਾਬਰ ਲਿਆਓ ਇਸ ਨੂੰ ਸਕਿੱਪ ਕਰਕੇ ਤਾਂ ਕਿ ਸਭ ਦੇ ਬਰਾਬਰ ਤੁਹਾਡੇ ਵੀ ਆਨਸਰ ਆ ਸਕਣ ਤਿੰਨ ਕਾਲਾਂ ਦੇ ਵਿੱਚ ਵਿਚਰਨ ਵਾਲਾ ਕਹਿੰਦੇ ਹਨ ਠੀਕ ਹੈ ਜਿਹੜੇ ਵੀ ਆਨਸਰ ਕਰ ਰਹੇ ਨੇ ਤਿੰਨ ਕਾਲਾਂ ਦੇ ਵਿੱਚ ਵਿਚਰਨ ਵਾਲਾ ਬੀ ਆਪਸ਼ਨ ਆਪਣਾ கரੈਕਟ ਹੋਵੇਗਾ ਕੁਐਸਚਨ ਨੰਬਰ 13 13 ਨੰਬਰ ਹੈ ਜੀ ਸਫੀਰ ਦੀ ਕਵਿਤਾ ਦਾ ਬੂਲ ਅਧਾਰ ਕੀ ਸੀ ਆਪਸ਼ਨ A ਸੂਫੀ B ਰੋਮਾਂਟਿਕ ਸੀ ਰ ਹਸਵਾਦ D ਪ੍ਰਯੋਗਵਾਦੀ ਪ੍ਰਸ਼ਨ ਨੰਬਰ 13 ਲਈ ਚੁਣੋ ਜੀ ਸਹੀ ਆਪਸ਼ਨ ਹਾਂਜੀ 13 ਨੰਬਰ ਦੇ ਲਈ 12 ਦੇ ਬੀ ਆਪਸ਼ਨ ਲਗਭਗ ਸਬਦਾ ਹੀ ਆਇਆ ਤੇ ਸਬਦਾ ਹੈ ਜੀ கரੈਕਟ ਪ੍ਰਸ਼ਨ ਨੰਬਰ 13 ਦੇ ਲਈ ਚੁਣਿਆ ਜਾ ਰਿਹਾ ਜੀ ਡੀਸੀ ਮੈਕਸ ਅਨਸਰ ਬਫਰਿੰਗ ਹੋ ਰਹੀ ਹੈ ਜੀ ਜਿੰਨਾ ਤੇ ਬਫਰਿੰਗ ਹੋ ਰਹੀ ਹੈ ਅਸਲ ਚੇ ਨੈਟਵਰਕ ਦੀ ਸਮੱਸਿਆ ਹੈ ਫਲਾਈਟ ਮੋਡ ਤੇ ਲਗਾ ਕੇ ਹਟਾ ਲਓ 99% ਚਾਂਸ ਹੁੰਦੇ ਕੇ ਸਹੀ ਚੱਲ ਜਾਂਦਾ ਹੈ ਸੀ অপਸ਼ਨ ਰਹਾਸਵਾਦ ਆਨਸਰ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਸਹੀ ਹੈ ਜੀ ਜਿਨ੍ਹਾਂ ਨੇ ਵੀ ਸੀ অপਸ਼ਨ ਆਨਸਰ ਕਰਿਆ ਰਹਾਸਵਾਦ ਨਵਰਾਸਵਾਦੀ ਜਾਂ ਫਿਰ ਅਧਿਆਤਮਵਾਦ ਕੁਝ ਵੀ ਪੁੱਛਿਆ ਜਾਂਦਾ ਸਾਰੇ ਹੀ கரੈਕਟ ਹੋਣਗੇ ਕੁਐਸਚਨ ਨੰਬਰ 14 ਸਫੀਰ ਦੀ ਪ੍ਰਵਿਰਤੀ ਕਿਹੋ ਜੀ ਹੈ অপਸ਼ਨ A ਨਵਰਾਸਵਾਦੀ ਸੀ ਰੋਮਾਂਟਿਕ D ਪ੍ਰਯੋਗਵਾਦੀ ਆਲਰੇਡੀ ਪਿਛਲੇ ਕੁਐਸਚਨ ਦੇ ਵਿੱਚ ਹਿੰਟ ਤੁਹਾਨੂੰ ਮਿਲ ਹੀ ਗਿਆ ਹੈ ਕੁਐਸਚਨ ਨੰਬਰ 14 ਦੇ ਲਈ ਸੋ ਕਿਸੇ ਦਾ ਗਲਤ ਨਹੀਂ ਹੋਵੇਗਾ ਏ অপਸ਼ਨ ਆਨਸਰ ਆ ਰਿਹਾ ਨਵ ਰਸਵਾਦੀ ਜਾਂ ਰਸਵਾਦੀ ਵੀ ਲਿਖਿਆ ਤੁਹਾਨੂੰ ਮਿਲ ਸਕਦਾ ਹੈ ਠੀਕ ਹੈ ਜੀ ਜਿਹੜੇ ਵੀ ਆਨਸਰ ਕਰ ਰਹੇ ਨੇ অপਸ਼ਨ ਏ ਨਵ ਰਸਵਾਦੀ ਕੁਐਸਚਨ ਨੰਬਰ 15 ਦੇ ਬਲ ਵੱਧ 15 ਨਾ 19 ਸੈਦਕਾਰ ਦਾ ਅਵਾਰਡ ਕਦੋਂ ਮਿਲਿਆ অপਸ਼ਨ ਏ 1962 ਬੀ 1964 ਸੀ 1966 ਡੀ 1968 ਚੁਣੋ ਜੀ ਸਹੀ অপਸ਼ਨ ਪ੍ਰਸ਼ਨ ਨੰਬਰ 15 ਦੇ ਲਈ ਹਾਂਜੀ ਸ਼੍ਰੋਮੀ ਸਹਿਦਕਾਰ ਦਾ ਅਵਾਰਡ ਕਦੋਂ ਮਿਲਿਆ? ਆਪਸ਼ਨ 14 ਦੇ ਲਈ ਇਹ ਠੀਕ ਹੈ ਜੀ 15 ਨੰਬਰ ਲਈ 15ਵਾਂ ਨੰਬਰ ਲਈ ਜਣੋ ਜੀ ਸੀ ਆਪਸ਼ਨ 106 8 ਆ ਰਿਹਾ ਹੈ 106 ਵੀ ਆ ਰਿਹਾ ਹੈ ਜੀ ਦੇਖੋ ਜੀ 65 ਤੇ 66 ਹਾਂਜੀ 65 ਤੇ 66 ਦੋਵੇਂ ਮਿਲਦੇ ਆ ਪਰ 65 ਦੇ ਵਿੱਚ ਕੁਐਸਚਨ ਜੀ ਮੈਂਸ਼ਨ ਨਹੀਂ ਹੈ 66 ਹੀ ਆਪਣਾ ਕਰੈਕਟ ਆਪਸ਼ਨ ਹੋਵੇਗਾ ਜਿਨ੍ਹਾਂ ਨੇ ਵੀ ਚੁਣਿਆ ਜੀ ਆਪਸ਼ਨ ਸੀ கரெਕਟਰ ਹਾਂਜੀ 1968 ਕੁਐਸਚਨ ਨੰਬਰ ਕੁਐਸਚਨ ਨੰਬਰ 16 ਜੀ ਇਨਕ ਵਿਸਥਾਰ ਦਾ ਪ੍ਰਕਾਸ਼ਨ ਕਦੋਂ ਹੋਇਆ ਆਪਸ਼ਨ 1982 ਬੀ 1970 ਸੀ 1978 ਤੇ ਡੀ ਹੈ ਜੀ 1976 ਪ੍ਰਸ਼ਨ ਨੰਬਰ 16 ਚੁਣੋ ਜੀ ਸਹੀ ਆਪਸ਼ਨ 16 ਨੰਬਰ ਦੇ ਲਈ ਆ ਰਿਹਾ ਜੀ ਸਬਦਾ ਹਾਂਜੀ ਕਰੋ ਜੀ ਫਟਾਫਟ ਅਨਸਰ ਬੀ ਆਪਸ਼ਨ 1980 ਲਗਭਗ ਸਾਰੇ ਹੀ ਬੀ ਆਪਸ਼ਨ ਦੇ ਨਾਲ ਜਾ ਰਿਹਾ ਇਹਦੇ ਲਈ ਵੀ 1981 ਵੀ ਮਿਲਦਾ ਹੈ ਪਰ 1980 ਨੂੰ ਹੀ ਜ਼ਿਆਦਾ கரੈਕਟ ਮੰਨਿਆ ਜਾਂਦਾ ਹੈ ਇਹ ਬਹੁਤ ਸਾਰੀਆਂ ਰਚਨਾਵਾਂ ਏਦਾਂ ਦੀਆਂ ਨੇ ਜਿਨ੍ਹਾਂ 'ਚ ਕਨਫਿਊਜ਼ਨ ਮਿਲਦਾ ਜੀ ਪ੍ਰਕਾਸ਼ਨ ਸਾਲ ਦੇ ਵਿੱਚ ਕੁਐਸਚਨ ਨੰਬਰ 17 ਜੀ ਸਫੀਰ ਅਨਸਾਰ ਕ੍ਰਾਂਤੀ ਦੀ ਪ੍ਰੇਰਕ ਸ਼ਕਤੀ ਡੈਸ਼ ਹੈ ਆਪਸ਼ਨ ਏ ਜਾਤੀ ਬੀ ਵਿਦਰੋਹ ਸੀ ਧਰਮ ਡੀ ਕਰਮ ਪ੍ਰਸ਼ਨ ਨੰਬਰ 17 ਚੁਣੋ ਜੀ ਸਹੀ ਆਪਸ਼ਨ ਠੀਕ ਹੈ ਜੀ ਸਭ ਦਾ ਕੁਐਸਚਨ ਨੰਬਰ 17 ਦਾ ਆ ਰਿਹਾ ਜੀ ਆਪਸ਼ਨ ਸੀ ਬੀ ਮਿਕਸ ਜੀ ਆਨਸਰ ਹਾਂ ਜੀ ਬੀ ਸੀ ਸੀ ਧਰਮ ਵਿਦਰੋਹ ਮਿਕਸ ਆਨਸਰ ਕੀਤੇ ਜਾ ਰਹੇ ਨੇ ਜਿਨ੍ਹਾਂ ਦਾ ਵੀ ਆਨਸਰ ਆਪਸ਼ਨ ਸੀ ਆ ਰਿਹਾ ਹੈ ਧਰਮ ਠੀਕ ਹੈ ਕ੍ਰਾਂਤੀ ਦੀ ਪ੍ਰੇਰਕ ਸ਼ਕਤੀ ਧਰਮ ਨੂੰ ਮੰਨਦੇ ਹਨ ਕੁਐਸਚਨ ਨੰਬਰ 18 ਜੀ ਆਪਣੇ ਕੋਲ ਸਫੀਰ ਦੀ ਸ਼ਬਦਾਵਲੀ ਵਿੱਚ ਕਿਸ ਭਾਸ਼ਾ ਦਾ ਪ੍ਰਭਾਵ ਹੈ অপਸ਼ਨ A ਪੁਆਦੀ B ਪਠੋਹਰੀ C ਮਲਬਈ D ਦੁਆਬੀ கரੈਕਟ ਆਨਸਰ ਕੁਐਸਚਨ ਨੰਬਰ 18 ਲਈ ਕਰੋ ਜੀ ਹਾਂਜੀ ਸੋ 18 ਨੰਬਰ ਦੇ ਲਈ 70 ਚੁਣਿਆ ਜਾਵੇ ਇਸ ਦਾ ਅੰਦਾਜ਼ਾ ਤੁਸੀਂ ਇਹਨਾਂ ਦੇ ਬਰਥਪਲੇਸ ਤੋਂ ਲਗਾ ਸਕਦੇ ਹੋ ਜੀ ਉਹ ਸ਼ਬਦਾ ਹੀ ਆਨਸਰ ਲੱਗਪਗ ਤੋਂ ਤੱਕ ਬੀ ਆਪਸ਼ਨ ਆਇਆ ਠੀਕ ਹੈ ਜੀ ਉਹ ਤੁਹਾਹਾਰੀ ਅਨਸਰ ਕੀਤਾ ਜਾ ਰਿਹਾ ਠੀਕ ਹੈ ਜੀ ਬਿਲਕੁਲ ਆਪਸ਼ਨ ਬੀ ਕੁਐਸਚਨ ਨੰਬਰ 19 ਕਿਸੇ ਦੇ ਖੂਨ ਵਿੱਚੋਂ ਕਵਿਤਾ ਦੀ ਸੁਰ ਕਿਹੋ ਜੀ ਹੈ ਆਪਸ਼ਨ A ਰੋਮਾਂਟਿਕ B ਸੂਫੀ ਰੰਗਤ C ਕ੍ਰਾਂਤੀਕਾਰੀ D ਮਾਨਵਵਾਦੀ ਪ੍ਰਸ਼ਨ ਨੰਬਰ 19 ਚੁਣੋ ਜੀ ਸਹੀ ਉੱਤਰ ਕਿਸੇ ਦੇ ਖੂਨ ਵਿੱਚੋਂ ਕਵਿਤਾ ਦੀ ਮੁੱਖ ਸੁਰ ਹਾਂਜੀ ਆਪਸ਼ਨ ਕੀਤਾ ਜਾ ਰਿਹਾ ਜੀ 19 ਨੰਬਰ ਦੇ ਲਈ ਸੀ ਲਗਭਗ ਸੀ ਆਪਸ਼ਨ ਹੀ ਆ ਰਿਹਾ 19 ਨੰਬਰ ਦੇ ਲਈ 18 ਦੇ ਲਈ ਬੀ ਆਪਦਾ ਕਰੈਕਟ ਕਵਿਤਾ ਦੇ ਟਾਈਟਲ ਤੋਂ ਹੀ ਇਸ ਰਿਲੇਖ ਤੋਂ ਹੀ ਆਪਾਂ ਨੂੰ ਲਗਭਗ ਕਲੀਅਰ ਹੋ ਰਿਹਾ ਹੈ ਇਹਦਾ ਵਿਸ਼ਾ ਸੁਰ ਠੀਕ ਹੈ ਜੀ ਸੀ ਕ੍ਰਾਂਤੀਕਾਰੀ ਕੁਐਸਚਨ ਨੰਬਰ ਵੀ ਕਤਕੂੰਜਾਂ ਦੀ ਸੁਰ ਕਿਉਂ ਜੀ ਆਪਸ਼ਨ ਏ ਪ੍ਰਗਤੀਵਾਦੀ ਬੀ ਸਮਾਜਵਾਦੀ ਸੀ ਵਿਅਕਤੀਵਾਦੀ ਤੇ ਡੀ ਹੈ ਜੀ ਉਪਰੋਕਤ ਸਾਰੀਆਂ ਹੀ கரੈਕਟ ਆਨਸਰ ਪ੍ਰਸ਼ਨ ਨੰਬਰ 20 ਲਈ ਕਰੋ ਜੀ ਪ੍ਰਸ਼ਨ ਨੰਬਰ 20 ਚੁਣੋ ਜੀ ਸਹੀ ਉੱਤਰ 20 ਦਾ ਡੀ ਬੀਏ ਮੈਕਸ ਆਨਸਰ ਸਾਰੀਆਂ ਹੀ கரੈਕਟ ਆਨਸਰ ਹੈ ਜੀ ਜਿਹੜੇ ਵੀ ਡੀ ਆਪਸ਼ਨ ਕਰ ਰਹੇ ਆ ਬਾਕੀ ਕਰਨ ਜੀ ਲੋਡ ਡਾਊਨ ਕੁਐਸਚਨ ਨੰਬਰ 21 21 ਨੰਬਰ ਹੈ ਜੀ ਸਫੀਰ ਕਿਸ ਦੌਰ ਦਾ ਕਵੀ ਹੈ ਆਪਸ਼ਨ ਹੈ ਪਹਿਲੇ ਬੀ ਦੂਜੇ ਸੀ ਤੇ ਜੀ ਡੀ ਚੌਥੇ ਪ੍ਰਸ਼ਨ ਨੰਬਰ 21 ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਸਫੀਰ ਕਿਸ ਦੌਰ ਦਾ ਕਵੀ ਹੈ? ਵੀ ਦਾ ਡੀ ਠੀਕ ਹੈ ਜੀ 21 ਨੰਬਰ ਲਿਖੋ ਜੀ ਸਹੀ ਉੱਤਰ ਚੁਣਿਆ ਜਾਵੇ ਜੀ। ਦੂਜੇ ਦੌਰ ਦਾ ਬੀ ਆਰ ਹੈ ਸ਼ਬਦ ਹੀ ਡੀ ਵੀ ਆਰ ਹੈ ਚੌਥੇ। ਜਿਹੜੇ ਵੀ ਦੂਜੇ ਦੌਰ ਦਾ ਆਨਸਰ ਕਰ ਰਹੇ ਆ ਜੀ ਸ਼ਬਦਾ கரੈਕਟ ਬਾਕੀ ਕਰਨ ਜੀ ਨੋਟ ਡਾਊਨ ਕੁਐਸਚਨ ਨੰਬਰ 22 ਹੈ ਜੀ ਸਫੀਰ ਨੂੰ ਡੈਸ਼ ਤਾਰਕ ਹੈ ਕਿ ਯਾਦ ਕੀਤਾ ਜਾਂਦਾ ਹੈ। অপশন এ মানসিক বি পৌনাত্মক সি বৌদ্ধিক ডি ਇਹਨਾਂ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 22 ਚੁਣਿਆ ਜਾਵੇ ਸਹੀ ਆਪਸ਼ਨ ਹਾਂਜੀ Pritam Singh Safir ਨੂੰ dash ਤਰ੍ਹਾਂ ਕਹਿ ਕੇ ਯਾਦ ਕੀਤਾ ਜਾਂਦਾ ਹੈ বৌদ্ধিক ਧਾਰਾ ਠੀਕ ਹੈ ਜੀ ਜਿਨ੍ਹਾਂ ਦਾ ਵੀ ਆਨਸਰ 22 ਨੰਬਰ ਦੇ ਲਈ ਆਇਆ ਜੀ ਸੀ ਆਪਸ਼ਨ ਬਿਲਕੁਲ கரெક્ટ ਹੈ ਜੀ ਕੁਐਸਚਨ ਨੰਬਰ 23 ਦੇ ਵੱਲ ਵੱਧਦੇ ਹਾਂ ਜੀ 23 ਨੰਬਰ ਹੈ سفیر ড্যাশvang ਕਵਿਤਾ ਨੂੰ ਤੁਰਦਰਗਾਹ ਹੈ অপਸ਼ਨ এ ਭਾਈ ਵੀਰ ਸਿੰਘ B ਧਨੀ ਰਾਮ ਚਾਤਰੀ C surjit patra D প্রফেসর ਪੂਰਨ ਸਿੰਘ ਪ੍ਰਸ਼ਨ ਨੰਬਰ 23 ਚੁਣੋ ਜੀ ਸਹੀ ਉੱਤਰ ਕਿਸ ਦੇvang ਤੁਰਦਰਗਾਹ ਦੀ ચીਜ ਮੰਨਦਾ ਹੈ ਪ੍ਰੀਤਮ ਸਿੰਘ سفیر ਕਵਿਤਾ ਨੂੰ 23 ਦਾ D অপਸ਼ਨ প্রফেসর ਪੂਰਨ ਸਿੰਘ ਆ ਚੁੱਕਾ ਹੈ ਭਾਈ ਵੀਰ ਸਿੰਘ A অপਸ਼ਨ ਵੀ ਆ ਚੁੱਕਾ ਹੈ ਲਗਭਗ ਸਬਦਾ ਹੀ A অপਸ਼ਨ ਭਾਈ ਵੀਰ ਸਿੰਘ ਆ ਰਿਹਾ ਹੈ ਬਿਲਕੁਲ ਸਹੀ ਹੈ ਜੀ ਭਾਈ ਵੀਰ ਸਿੰਘ ਦੇ ਵੰਗ ਕੁਐਸਚਨ ਨੰਬਰ 24 24 ਨੰਬਰ ਹੈ ਜੀ ਮੰਨੂ ਦੇ ਪੈਰੋਕਰ ਕਵਿਤਾ ਵਿੱਚ ਕਿਸ ਦੇ ਵਿਅੰਗ ਕੱਸਿਆ ਗਿਆ ਹੈ অপਸ਼ਨ A سرمਾਈਦਾਰੀ ਵਿਵਸਥਾ B ਪੂੰਜੀਦਾਰੀ ਪੂੰਜੀਵਾਦੀ ਵਿਵਸਥਾ C ਦੋਵੇਂ ਸਹੀ D ਦੋਵੇਂ ਗਲਤ ਚੁਣੋ ਜੀ ਸਹੀ অপਸ਼ਨ ਹਾਂਜੀ 24 ਨੰਬਰ ਤੇ ਇਹ ਠੀਕ ਹੈ ਜੀ 24 ਦੇ ਲਈ ਅਰੇ ਦੋਵੇਂ ਸਹੀ ਸੀ ਆਪਸ਼ਨ ਲਗਭਗ ਸਬਦਾ ਹੀ ਹਾਂਜੀ ਪੂੰਜੀਵਧੀ ਤੇ سرمਾਇਦਾਰੀ ਲਗਭਗ ਦੋਵੇਂ ਹੀ ਸ਼ਬਦ ਇੱਕੋ ਜਿਹਾ ਅਰਥ ਰੱਖਦੇ ਨੇ ਸੀ ਆਪਸ਼ਨ ਆਪਣਾ ਕਰੈਕਟ ਹੋਵੇਗਾ ਕੁਐਸਚਨ ਨੰਬਰ 25 ਸਫੀਰ ਨੂੰ ਪਾਸ਼ਾ ਦਾ ਡੈਸ਼ ਕਿਹਾ ਜਾਂਦਾ ਹੈ ਆਪਸ਼ਨ A ਅਮੀਰ B ਗੁਲਾਮ C ਬਾਦਸ਼ਾਹ D ਇਹਨਾਂ ਵਿੱਚੋਂ ਕੋਈ ਵੀ ਨਹੀਂ ਸਫੀਰ ਨੂੰ ਪਾਸ਼ਾ ਦਾ ਡੈਸ਼ ਕਿਹਾ ਜਾਂਦਾ ਹੈ 174 ਕਰ ਦਿਓ ਜੀ ਲਾਈਕ ਐਂਡ ਸ਼ੇਅਰ ਦਬਕੇ ਜੀ ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ ਤੇ ਤੁਹਾਨੂੰ ਮਿਲਦੇ ਰਹਿਣ ਨਿਊ ਨਿਊ ਕਲਾਸਿਸ ਦੇ ਨੋਟੀਫਿਕੇਸ਼ਨ 25 ਨੰਬਰ ਦੇ ਲਈ ਬਾਦਸ਼ਾਹ ਸੀ ਆਪਸ਼ਨ ਆਨਸਰ ਕੀਤਾ ਜਾ ਰਿਹਾ ਠੀਕ ਹੈ ਜੀ ਬਿਲਕੁਲ ਕੁਐਸਚਨ ਨੰਬਰ 26 ਦੇ ਵੱਲ ਵੱਧਦੇ ਹਾਂ 26 ਨੰਬਰ ਹੈ ਸਫੀਰ ਦੀ ਮੌਤ ਕਦੋਂ ਤੇ ਕਿੱਥੇ ਹੋਈ ਕਿੱਥੇ ਹੋਈ ਦਾ ਆਲਰੇਡੀ ਆਨਸਰ ਦਿੱਤਾ ਹੋਇਆ ਹੈ ਆਪਸ਼ਨ ਦੇ ਵਿੱਚ ਪਰ ਤੁਸੀਂ ਚੁਣੋ ਕਿ ਕਦੋਂ ਹੋਈ ਆਪਸ਼ਨ A 1996 ਦਿੱਲੀ B 1997 ਦਿੱਲੀ C 1998 ਦਿੱਲੀ D 1999 ਦਿੱਲੀ ਪ੍ਰਸ਼ਨ ਨੰਬਰ 26 ਲਈ ਚੁਣਿਆ ਜਾਵੇ ਆਪਸ਼ਨ ਡੀ 1999 ਸਬਦਾ ਅਨਸਰ ਆ ਰਿਹਾ ਠੀਕ ਹੈ ਜੀ 1999 ਦੇ ਵਿੱਚ ਪ੍ਰੀਤਮ ਸਿੰਘ ਸਫੀਰ ਦੀ ਮੌਤ ਹੋਈ ਕੁਐਸਚਨ ਨੰਬਰ ਹਾਂਜੀ ਡੇਟ ਪੂਰੀ ਯਾਦ ਰੱਖਣੀ ਤਾਂ 31 ਮਾਰਚ 1999 ਕੁਐਸਚਨ ਨੰਬਰ 27 ਹੈ ਜੀ ਸਫੀਰ ਦੀ ਮੌਤ ਕਿਵੇਂ ਹੋਈ ਆਪਸ਼ਨ A ਟੀਬੀ ਨਾਲ B ਤਪਦੀਖ ਨਾਲ C ਗੁਰਦਿਆਂ ਦੀ ਬਿਮਾਰੀ D ਦਿਲ ਦਾ ਦੌਰਾ ਪੈਣ ਕਰਕੇ ਕਰੋ ਜੀ 27 ਨੰਬਰ ਲਈ ਸਹੀ ਉੱਤਰ ਹਾਂਜੀ ਵੈਸੇ ਇਨਾ ਮਤਲਬ ਤੁਸੀਂ ਸਾਇਤ ਪੜਿਆ ਲਗਭਗ 1000 ਜੇ ਮਿਲਦਾ ਹੈ ਮਤਲਬ ਕਿ 1000 ਰੀਜ਼ਨ ਮਿਲਦਾ ਹੈ ਸਾਹਿਤਕਾਰਾਂ ਦੀ ਮੌਤ ਦਾ ਆਨਸਰ ਡੀ ਆ ਰਿਹਾ ਸਭ ਦੇ ਵੱਲੋਂ ਵੀ ਲਗਭਗ ਬਾਕੀ ਕਰਨ ਜੀ ਨੋਟ ਡਾਊਨ ਜਿੰਨਾ ਦਾ 27 ਨੰਬਰ ਲਈ ਡੀ ਤੋਂ ਸਿਵਾਏ ਕੋਈ ਹੋਰ ਆਨਸਰ ਆਇਆ ਕੁਐਸਚਨ ਨੰਬਰ 28 28 ਨੰਬਰ ਹੈ ਜੀ ਦੋ ਪੀਪਲ ਦੇ ਪੱਤੇ ਇੱਕ ਮਿੱਟੀ ਦੀ ਮੁਠੀ ਇੱਕ ਮਿੱਟੀ ਦੀ ਮੁਠੀ ਕਵਿਤਾਵਾਂ ਕਿਸ ਜਮਾਤ ਵਿੱਚ ਦਰਜ ਹਨ ਆਪਸ਼ਨ ਏ 9ਵੀਂ ਬੀ 10ਵੀਂ ਸੀ 11ਵੀਂ ਡੀ 12ਵੀਂ ਚੁਣੋ ਜੀ ਸਹੀ ਉੱਤਰ ਪ੍ਰਸ਼ਨ ਨੰਬਰ 28 ਦੇ ਲਈ ਹਾਂਜੀ 28 ਨੰਬਰ ਲਈ ਚੁਣਿਆ ਜਾਵੇ ਸਹੀ ਉੱਤਰ 27 ਦੇ ਲਈ ਸਬਦ ਕੋਰੈਕਟਾ ਜੀ ਡੀ ਆਪਸ਼ਨ 28 ਲਈ 9ਵੀਂ ਏ ਆਪਸ਼ਨ ਲਗਭਗ ਸਭ ਦੇ ਵੱਲੋਂ ਬੀ ਵੀ ਆ ਰਿਹਾ ਕਿਸੇ ਕਿਸੇ ਦਾ ਸੀ ਵੀ ਆ ਚੁੱਕਾ ਹੈ ਮੋਸਟਲੀ ਇਹ ਅਨਸਰ ਠੀਕ ਹੈ ਜੀ 9ਵੀਂ ਜਮਾਤ ਦੇ ਵਿੱਚ ਕੁਐਸਚਨ ਨੰਬਰ 29 ਪੰਜ ਨਾਟਕ ਹੈ অপਸ਼ਨ ਇਹ ਨਾਟਕ ਬੀ ਨਾਵਲ ਸੀ ਕਹਾਣੀ ਸੰਗ੍ਰਹਿ ਤੇ ਡੀ ਇਕਾਂਗੀ ਸੰਗ੍ਰਹਿ ਪ੍ਰਸ਼ਨ ਨੰਬਰ 29 ਚੁਣੋ ਜੀ ਸਹੀ অপਸ਼ਨ 9ਵੀਂ ਜਮਾਤ ਦੇ ਵਿੱਚ ਹੈ ਜੀ ਪਿਛਲੀਆਂ ਜਿਹੜੀਆਂ ਕਵਿਤਾਵਾਂ ਨੇ ਲੱਡੀ ਮੋਰ ਜੀ ਇਹ ਜਿਹੜੇ ਕੁਐਸਚਨ ਆ ਜਿਵੇਂ 8TT ਵਾਲੇ ਪੇਪਰ ਦਿੰਦੇ ਆ 8TT ਦੇ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿਹੜੀ ਜਮਾਤ ਦੇ ਵਿੱਚ ਫਿਰ ਵੀ ਆਪਾਂ ਨੂੰ ਥੋੜਾ ਬਹੁਤ ਪਤਾ ਹੋਣਾ ਚਾਹੀਦਾ ਹੈ ਸੋ ਇੱਕ ਰੀਡਿੰਗ ਜ਼ਰੂਰ ਕਰ ਲੈਣਾ ਇਸ ਤਰ੍ਹਾਂ ਦੇ ਕੁਐਸਚਨ ਦੀ ਇਕਾਂਗੀ ਬੀ ਆਨਸਰ ਲੱਗ ਪਏ ਸਭ ਦਾ ਹੀ ਆ ਰਿਹਾ ਹੈ ਠੀਕ ਹੈ ਜੀ ਇਕਾਂਗੀ ਸੰਗ੍ਰਹਿ ਹੈ ਜੀ ਇਹ ਕੁਐਸਚਨ ਨੰਬਰ 30 1937 ਵੈਰੀ ਗੁੱਡ ਜੀ ਠੀਕ ਹੈ ਜੀ ਕੁਐਸਚਨ ਨੰਬਰ ਦੀ ਹੈ ਜੀ ਦੋ ਪੀਪਲ ਦੇ ਪੱਤੇ ਕਵਿਤਾ ਵਿੱਚ ਦੋ ਪੀਪਲ ਦੇ ਪੱਤੇ ਕਿਸ ਦਾ ਪ੍ਰਤੀਕ ਹਨ অপਸ਼ਨ A ਸਿੱਖ ਇਸਾਈ B ਹਿੰਦੂ ਸਿੱਖ C ਹਿੰਦੂ ਮੁਸਲਮਾਨ D ਇਹਨਾਂ ਵਿੱਚੋਂ ਕੋਈ ਵੀ ਨਹੀਂ ਦੇਖੋ ਇਸ ਤਰ੍ਹਾਂ ਦੇ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਆ ਭਾਵੇਂ ਕਲਾਸ ਤਾਂ ਨਾ ਪੁੱਛਣ ਪਰ ਇਦਾਂ ਦੇ ਕੁਐਸਚਨ ਜ਼ਰੂਰ ਪੁੱਛ ਲੈਂਦੇ ਕਵਿਤਾ ਦਾ ਵਿਸ਼ਾ ਜਿਹੜੀਆਂ ਸ਼ਾਮਿਲ ਨੇ ਖਾਸ ਕਰ ਉਹਨਾਂ ਦੇ ਸੋ 30 ਨੰਬਰ ਲਈ ਚੁਣੋ ਜੀ ਸਹੀ ਆਪਸ਼ਨ 30 ਦੇ ਲਈ ਲਗਭਗ ਸ਼ਬਦ ਹੀ ਆ ਰਿਹਾ B C ਹਿੰਦੂ ਸਿੱਖ C ਹਿੰਦੂ ਮੁਸਲਮਾਨ ਜਿਹੜੇ ਵੀ ਅਨਸਰ ਕਰ ਰਹੇ ਨੇ ਹਿੰਦੂ ਮੁਸਲਮਾਨ ਸੀ ਆਪਸ਼ਨ ਆਪਣਾ கரੈਕਟ ਹੋਵੇਗਾ ਬਾਕੀ ਕਰਨ ਜੀ ਨੋਟ ਡਾਉਨ ਕੁਐਸਚਨ ਨੰਬਰ 31 ਵਾਰਤਕ ਪੁਸਤਕ ਚੁਣੋ ਆਪਸ਼ਨ A ਰक्त बूंदਾ B ਰਾਗ ਰਿਸ਼ਮਾ C ਆਜੁਗਦ ਅਤੇ D ਤੁਰਕੀ ਬਾਣੀ ਪ੍ਰਸ਼ਨ ਨੰਬਰ 31 ਚੁਣੋ ਜੀ ਸਹੀ ਆਪਸ਼ਨ ਪਰਵਰਤੀਆਂ ਦੇ ਦੌਰ ਤੇ ਬਣਾ ਦਿਓ ਜੀ ਦੇਖੋ ਜੀ ਪਰਵਰਤੀਆਂ ਤੇ ਦੌਰ ਇਹ ਜਿਹੜਾ ਟੌਪਿਕ ਹੈ ਬਹੁਤ ਹੀ ਉਲਝਿਆ ਹੋਇਆ ਹੈ ਕਿਉਂਕਿ ਵੱਖ-ਵੱਖ ਜਿਹੜੇ ਵਿਦਵਾਨ ਨੇ ਸਭ ਦੀ ਜਿਹੜੀ ਰਾਏ ਆ ਉਹ ਵੱਖ-ਵੱਖਰੀ ਹੈ ਸੋ ਇਸ ਕਰਕੇ ਕਾਫੀ ਕੁਝ ਮਤਲਬ ਡਿਪੈਂਡ ਕਰੇਗਾ ਬੋਰਡ ਦੇ ਡਿਸੀਜਨ ਤੇ ਕਰਵਾਉਣ ਨੂੰ ਆਪਾਂ ਕਰਵਾ ਦੇਾਂਗੇ ਬਟ ਉਨੀ ਕੀ ਹੋ ਸਕਦਾ ਹੈ ਇਨਾਂ ਕੁਐਸਚਨ ਦੇ ਵਿੱਚ ਠੀਕ ਹੈ ਜੀ ਗੁਰਿੰਦਰ ਸੌਰੀ ਹਾਂਜੀ ਠੀਕ ਹੈ ਜੀ 31 ਨੰਬਰ ਦੇ ਲਈ ਡੀ ਆਪਸ਼ਨ ਲਗਭਗ ਸਭ ਦਾ ਹੀ ਆਇਆ ਹੈ ਤਰਕੀ ਬਾਣੀ ਠੀਕ ਹੈ ਜੀ ਕੁਐਸਚਨ ਨੰਬਰ 32 ਦੇ ਵੱਲ ਵਧਦੇ ਹਾਂ 32 ਨੰਬਰ ਹੈ ਤੁਰਕੀ ਬਾਣੀ ਦਾ ਪ੍ਰਕਾਸ਼ਨ ਸਾਲ ਚੁਣੋ ਆਪਸ਼ਨ A 1971 B 1975 C 1981 D 1982 ਪ੍ਰਸ਼ਨ ਨੰਬਰ 32 ਚੁਣੋ ਜੀ ਸਹੀ ਆਪਸ਼ਨ 32 ਬੱਤੀ ਗਲਪ ਵਿੱਚ ਇਤਰਾਪਸ਼ਨ ਆ ਰਿਹਾ ਕਾਫੀ ਜਣਿਆਂ ਦਾ B ਆਪਸ਼ਨ ਜਿਹੜੇ ਵੀ B ਆਪਸ਼ਨ ਦੇ ਨਾਲ ਜਾ ਰਿਹਾ 1975 ਦੇ ਵਿੱਚ ਪ੍ਰਕਾਸ਼ਨ ਸਾਲ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 33 ਦੇ ਵੱਲ ਵਧਦੇ ਹਾਂ 33 ਨੰਬਰ ਕਤਕ ਕੁੰਜਿਆਂ ਦਾ ਪ੍ਰਕਾਸ਼ਨ ਸਾਲ ਚੁਣੋ ਆਪਸ਼ਨ A 1941 B 1944 C 1946 D 1958 ਪਿੱਛੇ ਜਦੋਂ ਆਪਾਂ ਪਹਿਲਾ ਕਵ ਸੰਗ੍ਰਹਿ ਪੁੱਛਿਆ ਸੀ ਉੱਥੇ ਇਹਦੀ ਜਿਹੜਾ ਇਹਦਾ ਈਅਰ ਹੈ ਉਹ ਦੱਸਿਆ ਹੋਇਆ ਸੀ ਹੁਣ ਦੇਖਦੇ ਹਾਂ ਕਿੰਨੇ ਨੂੰ ਯਾਦ ਰਿਹਾ ਜਿਵੇਂ ਹੀ ਵਾਸ਼ ਆਊਟ ਹੋ ਗਿਆ 33 ਨੰਬਰ ਦੇ ਲਈ 1941 ਵੈਸੇ ਵੀ ਤੁਸੀਂ ਆਪਦੇ ਕੋਲੋਂ ਵੀ ਆਨਸਰ ਕਰਤਾ ਸੀ ਠੀਕ ਹੈ ਜੀ 1941 ਆਪਸ਼ਨ A ਕੁਐਸਚਨ ਨੰਬਰ 34 34 ਨੰਬਰ ਹੈ ਜੀ ਸਮੁੱਚੀਆਂ ਕਵਿਤਾਵਾਂ ਦਾ ਸੰਗ੍ਰਹਿ ਕਿਹੜਾ ਹੈ অপਸ਼ਨ A ਸਰਬਕਲਬ B ਆਜਗਤ ਸੀ ਅਗਮਗੋਚਰ D ਸਰਬਨਿਰੰਤਰ ਸਹੀ ਉੱਤਰ ਚੁਣੋ ਕੁਐਸਚਨ ਨੰਬਰ 34 ਦੇ ਲਈ 34 ਦੇ ਲਈ ਆ ਰਿਹਾ ਜੀ D অপਸ਼ਨ ਹਾਂਜੀ ਸਰਬਨਿਰੰਤਰ ਸਰਬਕਲ D অপਸ਼ਨ ਦੇਖੋ ਸਿਰਫ ਕਨਫਿਊਜ਼ ਕਰਨ ਦੇ ਲਈ ਦੁਬਾਰਾ ਐਡ ਕੀਤਾ ਗਿਆ ਕੁਐਸਚਨ ਇਹ ਕੁਐਸਚਨ ਨੰਬਰ ਪਿੱਛੇ ਕਰਕੇ ਆਏ ਆ ਜਿਦੇ ਵਿੱਚ ਸਰਵ ਨਿਰੰਤਰਤਾ ਦਾ ਆਨਸਰ ਵੀ ਆਇਆ ਹੁਣ ਵੀ ਲਗਭਗ ਸਹੀ ਆ ਰਿਹਾ ਬਟ ਕੁਝ ਕੁ ਜਣੇ ਕਨਫਿਊਜ਼ ਹੋ ਰਹੇ ਆ ਸਰਵ ਨਿਰੰਤਰ ਹੀ ਇਹਦਾ ਆਵੇਗਾ ਉੱਥੇ ਕੁਐਸਚਨ ਜਿਹੜਾ ਹੈ ਹੋਰ ਤਰੀਕੇ ਨਾਲ ਬਣਿਆ ਹੋਇਆ ਸੀ ਕੁਐਸਚਨ ਨੰਬਰ 35 ਦੇ ਵੱਲ ਵਧਦੇ ਆ ਜੀ 35 ਨੰਬਰ ਅਜੀ ਸਰਵ ਨਿਰੰਤਰ ਦਾ ਸਵਾਲ ਚੁਣੋ ਆਲਰੇਡੀ ਆਨਸਰ ਵੈਸੇ ਕਰ ਦਿੱਤਾ ਗਿਆ ਤੁਹਾਡੇ ਵੱਲੋਂ ਪਰ ਫਿਰ ਵੀ ਬਾਕੀ ਵੀ ਕਰੋ ਜੀ ਸਹੀ ਉੱਤਰ অপশন এ 1981 বি 1982 সি 1987 ডি 1998 35 ਦੇ ਲਈ ਲਗਭਗ ਸਬਦ ਹੇਅਰ ਹੈ ਜੀ অপশন ਸੀ ਹਾਂਜੀ ਸੀ ਤੋਂ ਸਵਾਏ ਜਿਹੜੇ ਕੋਈ ਹੋਰ ਆਨਸਰ ਕਰ ਰਿਹਾ ਜੀ 1987 ਤੋਂ ਸਵਾ ਉਹ ਕਰਨ ਜੀ ਨੋਟ ਡਾਉਨ ਸੀ অপশন ਹੀ ਆਪਣਾ கரੈਕਟ ਹੋਵੇਗਾ ਕੁਐਸਚਨ ਨੰਬਰ 36 আগਮਗੋਚਰ ਦਾ ਪ੍ਰਕਾਸ਼ਨ ਸਾਲ ਚੁਣੋ ਆਪ ਅਸੀਂ ਬੀ 1982 ਸੀ 1987 ਤੇ ਡੀ 1998 ਅਗਮਗੋਚਰ ਚਣੋ ਜੀ ਸਹੀ ਆਪਸ਼ਨ 35 35 ਸੀ ਠੀਕ ਹੈ ਜੀ 36 ਲਈ ਚਣੋ ਜੀ 1981 ਬੀ ਸੀ ਡੀ ਮੈਕਸ ਅਨਸਰ ਅਗਮਗੋਚਰ ਇਹ ਆਪਸ਼ਨ 1981 ਕਾਫੀ ਜਣਿਆਂ ਦਾ ਅਨਸਰ ਆ ਰਿਹਾ ਹੈ ਠੀਕ ਹੈ ਜੀ ਬਿਲਕੁਲ 1981 ਕੁਐਸਚਨ ਨੰਬਰ 37 ਦੇ ਵੱਲ ਵੱਧਦੇ ਹਾਂ ਹਾਂ ਜੀ ਇਸ ਸੱਤਰ ਨੂੰ ਪੂਰਾ ਕਰਨਾ ਹੈ ਆਲਰੇਡੀ ਤੁਸੀਂ ਇਹ ਪੜ੍ਹੀ ਹੋਣੀ ਜੇਕਰ ਪ੍ਰੀਵਿਅਸ ਕਲਾਸ ਦੇਖੀ ਹੈ ਵੈਸੇ ਵੀ ਕਿਤੋਂ ਵੀ ਕੰਟੈਂਟ ਤੁਸੀਂ ਪੜਿਆ ਤਾਂ ਇਹ ਸਤਰ ਤੁਹਾਨੂੰ ਜ਼ਰੂਰ ਮਿਲੀ ਹੋਣੀ ਦੀ ਤੇ ਇਸ ਨੂੰ ਪੂਰਾ ਕਰਨਾ ਜੀ ਟੁੱਟ ਜਾਣ ਕਹਿ ਇਦਾਂ ਹਦ ਬੰਦੀਆਂ ਵੰਡ ਰਹੇ ਨੇ ਪਾਣੀ ਟਾਈਪ ਕਰਨ ਤੇ ਤੁਹਾਨੂੰ ਟਾਈਮ ਲੱਗ ਸਕਦਾ ਹੈ ਠੀਕ ਹੈ ਬਟ ਕੋਈ ਨਹੀਂ ਕਰ ਦਿਓ ਜੀ ਆਪਣੀ ਕਲਾਸ ਲਗਭਗ 30 ਮਿੰਟਾਂ 'ਚ ਪੂਰੀ ਹੋ ਜਾਵੇਗੀ 24 ਮਿੰਟ ਹੋਇਆ ਜੀ ਲਾਈਕ ਐਂਡ ਸ਼ੇਅਰ ਕਰ ਦਿਓ ਜੀ ਦਬਕੇ ਜੀ 170 170 ਹੋ ਕੇ ਵੀ +4K ਵੀ 111 ਹਰ ਇੱਕ ਬੰਦਾ ਸ਼ਾਦ ਮਿਆਂ ਦਾ ਹਰ ਇੱਕ ਤੀਵੀ ਰਾਣੀ ਠੀਕ ਹੈ ਜੀ ਵੈਰੀ ਗੁੱਡ ਜੀ ਬਿਲਕੁਲ கரੈਕਟ ਆਪਸ਼ਨ ਹੈ ਆਪਸ਼ਨ ਈ ਜੋ ਵੀ ਤੁਸੀਂ ਆਨਸਰ ਕਰਿਆ ਬਿਲਕੁਲ ਸਹੀ ਹੈ ਜੀ ਠੀਕ ਹੈ ਜੀ ਸਾਰੇ ਹੀ கரੈਕਟ ਹੈ ਜੀ ਆਨਸਰ ਠੀਕ ਹੈ ਜੀ ਅੱਗੇ ਵਧਦੇ ਹਾਂ ਜੀ ਇਹ ਹੈ ਜੀ ਕਤਕ ਕੁੰਜਾਂ ਕਾਹੋ ਸੰਗ੍ਰਹਿ ਦੇ ਵਿੱਚ ਦਰਜ ਅੱਗੇ ਹੈ ਜੀ ਇੰਪੋਰਟੈਂਟ ਕੰਟੈਂਟ ਜਿਸ ਨੂੰ ਜ਼ਰੂਰ ਦੇਖ ਲੋ ਜੀ ਤੇ ਮੈਂ ਤੁਹਾਡੇ ਕਮੈਂਟ ਆਫ ਕਰਨ ਜਾ ਰਿਹਾ ਥੋੜੀ ਦੇਰ ਦੇ ਲਈ ਠੀਕ ਹੈ ਜੀ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਜਾਏ ਸਕਰੀਨ ਚੰਗੀ ਤਰ੍ਹਾਂ ਦੇਖ ਸਕੇ ਹੋਰ ਸੰਗ੍ਰਹਿ ਤੇ ਉਹਨਾਂ ਦੇ ਪ੍ਰਕਾਸ਼ਨ ਸਾਲ ਜਿਹੜੇ ਕੁਐਸਚਨ ਬਣਾਏ ਹੋਏ ਉਹਨਾਂ ਚ ਸ਼ਾਮਿਲ ਨਹੀਂ ਆ ਠੀਕ ਹੈ ਜੀ ਬਾਪ ਦੇ ਸੋਇਲੇ 1943 ਰક્ત ਬੂੰਦਾ 1946 ਰਾਗ ਰਿਸ਼ਮਾ 1946 ਆਤ ਜਗਾਦ 1958 ਸਰਬਕਲਾ 1968 ਗੁਰੂ ਗੋਬਿੰਦ 1968 ਇਸ ਤੋਂ ਇਲਾਵਾ ਅਗਮਗੋਚਰ ਆਪਾਂ ਆਈ ਥਿੰਕ ਕਰ ਲਿਆ ਪਿੱਛੇ ਵੀ 1981 ਸੰਜੋਗ ਵਿਜੋਗ 1982 ਆਪੇ ਬੋਰੰਗੀ 1998 ਇਹ ਸੀ ਹੋਰ ਮਹੱਤਵਪੂਰਨ ਜਿਹੜੇ ਇਹਨਾਂ ਦੇ ਸੰਗ੍ਰਹਿ ਆ ਅੱਗੇ ਵੱਧਦੇ ਆ ਜੀ ਇਹਨਾਂ ਦੀਆਂ ਇੰਗਲਿਸ਼ ਕੁਝ ਰਚਨਾਵਾਂ ਨੇ ਜਿਨ੍ਹਾਂ ਦੇ ਵਿੱਚ 10th holy master and their commandant commandment 1980 ਦੇ ਵਿੱਚ the 10th master 1983 ਦੇ ਵਿੱਚ study of bhai veer singh poetry 1985 ਦੇ ਵਿੱਚ ਮਹੱਤਵਪੂਰਨ ਤਤ ਪ੍ਰੀਤਮ ਸਿੰਘ ਸਫੀਰ ਦੇ ਨਾਲ ਸੰਬੰਧਿਤ 1969 ਦੇ ਵਿੱਚ ਹਾਈ ਕੋਰਟ ਦਿੱਲੀ ਹਾਈ ਕੋਰਟ ਦੇ ਜੱਜ ਬਣੇ ਪ੍ਰੀਤਮ ਸਿੰਘ ਸਫੀਰ ਦੀ ਕਵਿਤਾ ਦੇ ਵਿੱਚ ਕਹੇ ਨਾਲੋਂ ਆਣ ਕਿਹਾ ਵਧੇਰੇ ਮੱਤਵ ਰੱਖਦਾ ਹੈ ਠੀਕ ਹੈ ਜੀ ਇਹ ਪੁੱਛਿਆ ਜਾ ਸਕਦਾ ਕਿਸ ਦੀ ਕਵਿਤਾ ਦੇ ਵਿੱਚ ਤਾਂ ਪ੍ਰੀਤਮ ਸਿੰਘ ਸਫੀਰ ਯਾਦ ਰੱਖਿਓ ਸਫੀਰ ਦੀ ਰਚਨਾ ਛੰਦ ਮੁਕਤ ਜਾਂ ਸ਼ੈਲੀ ਸੌਰੀ ਸ਼ਲਾਨੀ ਸਲਾਨੀ ਸ਼ਾਂਤ ਦੇ ਵਿੱਚ ਹੈ ਇਹ ਠੀਕ ਹੈ ਜੀ ਕਵੈਸਚਨ ਅਗਲਾ ਪੁਆਇੰਟ ਹੈ ਜੀ ਕਵੈਸਚਨ ਇਹ ਜੀ ਪ੍ਰੀਤਮ ਸਿੰਘ ਸਫੀਰ ਪੁਰਾਣੀ ਸ਼ਰਾਬ ਨੂੰ ਨਵੀਂ ਬੋਤਲ ਵਿੱਚ ਬੰਦ ਕਰਨ ਦਾ ਯਤਨ ਕਰਦਾ ਹੈ ਭਾਵ ਕੀ ਰਚਨਾਵਾਂ ਦੇ ਦੁਆਰਾ ਅੱਗੇ ਹੈ ਜੀ ਹੋਰ ਮਹੱਤਵਪੂਰਨ ਰਚਨਾਵਾਂ ਜਿਨ੍ਹਾਂ ਦੇ ਵਿੱਚ ਮਹੱਤਵਪੂਰਨ ਕਵਿਤਾਵਾਂ ਸ਼ਾਮਿਲ ਨੇ ਇਹਨਾਂ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਕਵਿਤਾਵਾਂ ਕਿਸ ਦੀਆਂ ਨੇ ਠੀਕ ਹੈ ਜੀ ਹਾਂਜੀ ਜਿਦੇ ਵਿੱਚ ਕਨਸੋ ਇੱਕ ਮਿੱਟੀ ਦੀ ਮੁਠੀ ਕੱਤਕ ਕੁੰਜਖ ਦੋ ਪੀਪਲ ਦੇ ਪੱਤੇ ਪੰਦੀ ਦੂਰ ਗਿਆ ਹਿੰਦੁਸਤਾਨ esto ਅਲਾਵਾ ਇਹ ਮੰਨੂ ਦੇ ਪੈਰੋ ਘਰ ਤਰਨ ਤਰਨ ਦੇ ਖੇਤਾਂ ਵਿੱਚ ਯਾਦ ਰੱਖਿਓ ਦੋਵੇਂ ਬੰਦੀਵਾਨ ਵੀ ਹੀਰੋਸ਼ਮਾ ਦਾ ਗਸਾ ਕੀ ਸਾਰੀਆਂ ਮਤਬੂਰਨ ਨੇ ਨਾ ਛੇੜ ਦਿਲਾਂ ਦੀਆਂ ਤਾਰਾਂ ਕਿਸੇ ਦੇ ਖੂਨ ਵਿੱਚੋਂ ਅੱਧਾ ਗੁਨਾਹ ਅੱਧਾ ਗੁਨਾਹ ਤੋਂ ਇਲਾਵਾ ਜੀ ਮਾਵਾਂ ਉਫ ਹੋਰ ਵੀ ਆ ਜੀ ਜਿਨ੍ਹਾਂ ਦੇ ਵਿੱਚ ਨੀਲ ਇਸ ਸੌਖ ਦੇ ਸੀਨੇ ਅੰਦਰ ਅੱਖਾਂ ਦੀ ਕੁੱਲੀ ਮੈਂ ਕਿਸ ਪਾਸੇ ਵੱਲ ਜਾਵਾਂ ਇਹ ਬਹੁਤ ਇੰਪੋਰਟੈਂਟ ਹੈ ਜੀ ਵਿਸਮਾਦ ਪਲ ਜ਼ਰੂਰ ਯਾਦ ਰੱਖਣਾ ਜੀ ਸਾਰੀਆਂ ਹੀ ਸੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਕੋਈ ਹੀ ਕੰਟੈਂਟ ਸੀ ਲਾਈਕ ਐਂਡ ਸ਼ੇਅਰ ਕਰ ਦਿਓ ਜੀ 150 ਪਲਸ ਲੰਗਾ ਦਿਓ ਜੀ ਲਾਈਕ ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ ਤੇ ਤੁਹਾਨੂੰ ਮਿਲਦੀਆਂ ਰਹਿਣ ਨੋਟੀਫਿਕੇਸ਼ਨ ਨਿਊ ਨਿਊ ਕਲਾਸਸ ਦੀਆਂ ਠੀਕ ਹੈ ਜੀ ਕੌਣ ਬੁੱਕ ਕਰਵਾਉਣਾ ਬਹੁਤ ਪਲੀਜ਼ ਰਾਈਟ ਵਿੱਚ ਦੱਸੋ ਜੀ ਬੁੱਕ ਕਿਸੇ ਤੋਂ ਵੀ ਨਹੀਂ ਜੀ ਇੰਟਰਨੈਟ ਮੈਂ ਤੁਹਾਨੂੰ ਦੱਸਿਆ ਉਹਦੇ ਤੋਂ ਜ਼ਰੂਰ ਕਰ ਲਿਆ ਕਰੋ ਜੀ ਦੋ ਤਿੰਨ ਵੈਬਸਾਈਟ ਮੈਂ ਤੁਹਾਨੂੰ ਦੱਸੀਆਂ ਹੋਈਆਂ ਨੇ ਉਹਨਾਂ ਨੂੰ ਫੋਲੋ ਕਰੋ ਇਸ ਤੋਂ ਲਾਵਾ ਇੱਕ ਕੋਈ ਵਧੀਆ ਜੀ ਬੁੱਕ ਫੋਲੋ ਕਰੋ ਹਾਂਜੀ ਟਾਪਿਕ ਆਪਣਾ ਇੱਕ ਹੀ ਰਹਿ ਗਿਆ ਚਰਨ ਸਿੰਘ ਸ਼ਹੀਦ ਬਾਕੀ ਆਪਣੇ ਲਗਭਗ ਹੋ ਗਏ ਸਾਰੇ ਸੋ ਕੱਲ ਦਾ ਟਾਪਿਕ ਆਧੁਨਿਕ ਕਾਵ ਦੇ ਵਿੱਚ ਚਰਨ ਸਿੰਘ ਸ਼ਹੀਦ ਹੋਵੇਗਾ ਠੀਕ ਹੈ ਜੀ ਥੈਂਕ ਯੂ ਸੋ ਮਚ ਸਭ ਦਾ ਬਹੁਤ ਬਹੁਤ ਧੰਨਵਾਦ ਜੀ जी हाँ जी कंसिस्टेंसी रखोगे हंड्रेड वन परसेंट कामयाब होंगे वन थर्टी वन पहुँचा दिए वन फिफ्टी प्लस कर दो तो जी हाँ जी कंसिस्टेंसी रखोंगे जरूर कामयाब होंगे सो थैंक यू सो मच सबका बहुत बहुत धन्यवाद थैंक यू अगेन गुड नाइट सी ड्रीम मिलते हैं कल ठीक तक ली बाय बाय एंड टेक केयर पंजाबी पीडिया विकीपीडिया दो वैबसाइट फॉलो करो काफ़ी कंटेंट पे इन्हों ਤੇ ਕਾਫੀ ਹੱਦ ਤੱਕ ਸਹੀ ਵੀ ਹੈ ਇਸ ਤੋਂ ਇਲਾਵਾ ਕਨਫਰਮੇਸ਼ਨ ਤੁਹਾਨੂੰ ਮਿਲ ਜਾਣੀਆਂ ਬਹੁਤ ਸਾਰੇ ਗਰੁੱਪ ਨੇ ਉਹਨਾਂ ਦੇ ਵਿੱਚੋਂ ਆਪਣੀਆਂ ਕਲਾਸਿਸ ਦੇ ਵਿੱਚੋਂ ਜੇ ਕੋਈ ਸਾਲ ਵਗੈਰਾ ਦਾ ਕਨਫਰਮ ਨਹੀਂ ਹੁੰਦਾ ਤਾਂ ਠੀਕ ਹੈ ਜੀ ਓਕੇ ਜੀ ਬਾਏ ਬਾਏ ਗੁੱਡ ਨਾਈਟ ਜੀ